ਵੈਲਕਮ ਬੈਕ, ਹੋਰ ਕਾਲਸ ਲੈਂਦੇ ਆ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਗਿਆਨ ਸਿੰਘ ਜੀ, ਥੋੜਾ ਟਾਈਮ ਹੈ, 30 ਸੈਕਿੰਡ ਦੱਸੋ ਕੀ ਕਹਿੰਦੇ। ਪਤਾ ਮੇਰਾ ਟਾਈਮ ਕੀ ਲੱਗਣਾ, ਦੇਖੋ ਨਾ ਤੁਹਾਡੇ ਕੋਲ ਕਿੰਨੇ ਕਿੰਨੇ ਸਿਆਣੇ ਬੰਦੇ, ਹਰ ਆਪ ਆਪਣੀ ਤਜਰਬਾ ਗੱਲਾਂ ਕਰਦਾ ਕਰਦਾ, ਠੀਕ ਨੀ। ਮੈਂ ਤੇ ਇੱਕ ਛੋਟੀ ਜਿਹੀ ਤੁਹਾਨੂੰ ਸਲਾਹ ਦੱਸੂ ਇਹਨਾਂ ਨੂੰ। ਹਾਂਜੀ, ਚਲੋ ਵਿਗੜ ਤੇ ਗਈ, ਹੁਣ ਬੰਦੇ ਵੀ ਵਿਗੜਦੇ ਆ, ਜਨਾਨੀਆਂ ਵੀ ਵਿਗੜਦੀਆਂ, ਜੋ ਹੋ ਗਿਆ ਠੀਕ ਨੀ। ਹੁਣ ਇਹਦਾ ਤਾਂ ਜਾਂ ਕੋਈ ਧਾਰਮਿਕ ਜਿਹਨੂੰ ਸਹੀ ਧਰਮ ਬੰਦਾ ਕਹੀਏ ਅਸੀਂ, ਉਹਦਾ ਸਹਿਯੋਗ ਮਿਲ ਜਾਵੇ ਤੇ ਉਹ ਆਪਣੇ ਧਰਮ ਦੇ ਆਧਾਰ ਤੇ ਇਹਦੇ ਮਨ ਵਿੱਚ ਦਿਮਾਗ 'ਚ ਗੱਲ ਬਿਠਾ ਲਏ ਵੀ ਜੂਆ ਸ਼ਰਾਬ ਨਸ਼ੇ ਜੋ ਚੀਜ਼ਾਂ ਸਾਰੀਆਂ ਇਹ ਆਪਣਾ ਧਰਮ ਨਹੀਂ ਕਹਿੰਦਾ, ਹਨਾ। ਉਹ ਬਹੁਤ ਵਧੀਆ ਗਿਆਨ ਸਿੰਘ ਜੀ, ਥੈਂਕ ਯੂ ਸੋ ਮਚ। ਸੋ ਸੰਗਤ ਬਦਲਣੀ ਪੈਣੀ ਹੈ, ਸੰਗਤ ਬਦਲਣੀ ਪਵੇ। ਬਾਕੀ ਜਿਹੜੇ ਹੋਰ ਜਿੰਨੇ ਮਾਜੀ ਐਗਜ਼ਾਮਪਲਾਂ ਦੇ ਦੋ, ਜਾਂ ਮਨੋਵਿਗਿਆਨਕ ਡਾਕਟਰ ਹੁੰਦੇ ਆ ਉਹਨਾਂ ਕੋਲ ਰਾਜ ਹੈਗਾ, ਹੋਰ ਬਾਕੀ ਤੇ ਗੱਲਾਂ ਸਾਰੀਆਂ ਕਰਨ ਦੀਆਂ। ਬਹੁਤ ਵਧੀਆ ਗਿਆਨ ਸਿੰਘ ਜੀ, ਸੋਰੀ ਸਮਾਂ ਨਹੀਂ ਹੈ ਹੋਰ, ਪਰ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਸੀ ਕਾਜ਼ਸ ਬੜੇ ਆ, ਪ੍ਰੀਵੈਂਸ਼ਨ ਤੇ ਹੈ ਹੀ ਹੈ, ਜਿਵੇਂ ਸਾਰਿਆਂ ਨੇ ਦੱਸਿਆ ਕੋਈ ਘਰ ਲੈ ਕੇ ਨਹੀਂ ਗਿਆ ਹੈ ਪੈਸੇ। ਸੋ ਇੰਨੀ ਵੱਡੀ ਇੰਡਸਟਰੀ ਖੁੱਲੀ, ਇਹਨਾਂ ਨਾਲ ਉਹਨਾਂ ਨੇ ਫ੍ਰੀ ਬੇਟ ਪਾਈਆਂ ਹੋਈਆਂ ਕਿ ਆਓ ਜਸਟ ਬਿਕੋਜ਼ ਦੇ ਵਾਂਟ ਟੂ ਅਰਨ ਮਨੀ। ਉਹ ਜਿਵੇਂ ਕਹਿ ਰਹੇ ਆ ਮਾਫੀਆ ਹੈ ਜਾਂ ਪੂਰਾ ਉਹਨਾਂ ਨੇ ਆਪ ਕਮਾਉਣ ਵਾਸਤੇ ਬੈਠੇ ਆ, ਉੱਥੇ ਤੁਹਾਨੂੰ ਅਮੀਰ ਕਰਨ ਵਾਸਤੇ ਨਹੀਂ ਬੈਠੇ। ਉਹ ਸਿਰਫ ਇੱਕ ਤਰੀਕਾ ਹੈਗਾ ਜਿਹਦੇ ਸਾਰੇ ਤਰੀਕੇ ਉਹਨਾਂ ਨੇ ਭਰੇ ਹੋਏ ਹੈ, ਜਿਹਦੇ ਤੁਸੀਂ ਉਹਨੂੰ ਉੱਥੇ ਨਾ ਉੱਠ ਸਕੋ। ਸੋ ਇਹ ਸਾਰੀਆਂ ਚੀਜ਼ਾਂ, ਲੇਕਿਨ ਫਿਰ ਵੀ ਜਿਹੜੇ ਐਡਿਕਸ਼ਨ ਦੇ ਸਿਮਟਮਸ ਹੈ ਕਿ ਐਂਗਜ਼ਾਇਟੀ ਹੋ ਸਕਦੀ, ਡਿਪਰੈਸ਼ਨ ਹੋ ਸਕਦਾ ਹੈ, ਜਿਵੇਂ ਮੈਂ ਪਹਿਲੇ ਕਿਹਾ ਪ੍ਰੀ ਡਿਸਪੋਜੀਸ਼ਨ ਪਰਸਨੈਲਿਟੀ ਹੋ ਸਕਦੀ ਹੈ, ਬਟ ਸੀਕ੍ਰੇਟਿਵ ਹੋ ਰਿਹਾ ਕੋਈ, ਅਗਰ ਕੋਈ ਕਹਿ ਰਿਹਾ ਵੀ ਕੁਛ ਵੀ ਹੈ, ਪੈਸੇ ਹੈ ਜਾਂ ਨਹੀਂ, ਮੈਂ ਜਾਣਾ ਹੈ, ਇੱਕ ਧਿਆਨ ਉੱਥੇ ਹੀ ਹੈਗਾ ਹੈ। ਜਾਂ ਜਿਵੇਂ ਇਹਨਾਂ ਨੇ ਵੀ ਕਿਹਾ ਵੀ ਕਿਸੇ ਨਾਲ ਵੀ ਚਲੇ ਗਏ, ਹੁਣ ਉਹਦੇ ਨਾਲ ਨਹੀਂ ਤਾਂ ਉਹਦੇ ਨਾਲ ਦੂਜੇ ਫਰੈਂਡਸ ਨੂੰ ਲੱਭ ਲਿਆ ਉਹਨਾਂ ਨੇ, ਪਰ ਕਰਨਾ ਕੀ ਹੈ, ਸੰਗਤ ਬਦਲਣੀ ਪਏਗੀ। ਜਿਵੇਂ ਗਿਆਨ ਸਿੰਘ ਜੀ ਨੇ ਕਿਹਾ, ਉਹਨੂੰ ਕਿਸੇ ਹੋਰ ਪਾਸੇ ਲਗਾਓ ਔਰ ਜ਼ਰੂਰ ਉਹਦਾ ਟਾਈਮ ਫਿਲ ਕਰੋ ਕਿਸੇ ਹੋਰ ਚੀਜ਼ ਪਾਸੇ, ਉਸ ਜਗ੍ਹਾ ਨਾ ਲੈ ਕੇ ਜਾਓ, ਪਰ ਬ੍ਰਿੰਕ ਹਰ ਅਰਾਊਂਡ ਐਂਡ ਟੇਕ ਸਪੋਰਟ ਸਿਸਟਮ, ਸਾਰਿਆਂ ਨੂੰ ਮਿਲਾਓ ਉਸ ਚੀਜ਼ ਦੇ ਵਿੱਚ। ਆਲਸੋ ਅਗਰ ਉਸ ਤੋਂ ਲੱਗਦਾ ਹੈ ਕਿ ਜ਼ਿਆਦਾ ਇਸ਼ੂ ਹੈ, ਡੈਫੀਨੇਟਲੀ ਇੰਟਰਵੈਂਸ਼ਨ ਕਰੋ, ਔਰ ਜ਼ਰੂਰ ਕੌਂਸਲਿੰਗ ਕਪਲ ਆਫ ਸੈਸ਼ਨਸ ਦੇ ਨਾਲ ਹੀ ਬਹੁਤ ਫਾਇਦਾ ਹੋ ਜਾਂਦਾ। ਸੰਗਤ ਬਦਲਣੀ ਪਏਗੀ, ਸਹੀ ਕਹਿ ਰਹੇ ਗਿਆਨ ਸਿੰਘ ਜੀ। ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।